ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਅੱਜ ਅਸੀਂ ਗੱਲ ਕਰਾਂਗੇ ਪਿਆਜ਼ ਦੇ ਬਾਰੇ ਜੋ ਕਿ ਹਰ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹਰ ਸਬਜ਼ੀ ਦੇ ਵਿੱਚ ਹਰ ਮੌਸਮ ਦੇ ਵਿੱਚ ਇਸਦਾ ਇਸਤੇਮਾਲ ਹੁੰਦਾ ਪਰ ਪਿਆਜ਼ ਦੇ ਵਿੱਚ ਬੜੇ ਹੀ ਪੌਸ਼ਟਿਕ ਤੱਤਵ ਪਾਏ ਜਾਂਦੇ ਨੇ ਫੋਲਿਕ ਐਸਿਡ ਵਰਗੇ ਜੋ ਕਿ ਸਾਡੀ ਸਿਹਤ ਦੇ ਲਈ ਬੇਹੱਦ ਲਾਭਕਾਰੀ ਹੁੰਦੇ ਨੇ ਤੇ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਨਾਲ ਹੀ ਰੂਬਰੂ ਕਰਵਾਵਾਂਗੇ ਵੀ ਕੱਚੇ ਪਿਆਜ਼ ਖਾਣ ਦੇ ਕੀ ਫਾਇਦੇ ਹੁੰਦੇ ਨੇ ਤੇ ਸਿਹਤ ਦੇ ਉੱਤੇ ਇਸਦਾ ਕੀ ਅਸਰ ਪੈਂਦਾ ਹੈ सब तो पहले गल करांगे अखां दी रोशनी दी अजकल वड्डियां दी तां गल दूर दी आ बच्चों नूं भी ऐनकां लग्गियां होंदियां ने छोटे छोटे बच्चे भी नज़र उहनां दी कमज़ोर हुंदी आ ते अगर उहनां दे वल्लों कच्चा प्याज रोज़ खाया जावे तां उहनां दीआं ऐनकां जो आ उतर सकदियां ने ਉਹਦੀ ਗੱਲ ਕਰੀਏ ਬੀਪੀ ਦੀ ਯਾਨੀ ਕਿ ਬਲੱਡ ਪ੍ਰੈਸ਼ਰ ਦੀ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਨੂੰ ਵੀ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ ਇਸਦੇ ਨਾਲ ਬੀਪੀ ਜੋ ਆ ਕੰਟਰੋਲ ਦੇ ਵਿੱਚ ਆ ਸਕਦਾ ਹੈ ਜਿਹੜੇ ਲੋਕ ਪੱਥਰੀ ਦਾ ਸ਼ਿਕਾਰ ਨੇ ਅਗਰ ਉਹ ਪਿਆਜ਼ ਦਾ ਸਲਾਦ ਦੇ ਤੌਰ ਤੇ ਰੋਜ਼ਾਨਾ ਇਸਤੇਮਾਲ ਕਰਨ ਤਾਂ ਉਹ ਵੀ ਪੱਥਰੀ ਤੋਂ ਛੁਟਕਾਰਾ ਪਾ ਸਕਦੇ ਕਿਉਂਕਿ ਅੱਜ ਦੀ ਜਿਹੜੀ ਲਾਈਫ ਸਟਾਈਲ ਹੈ ਇਸਦੇ ਵਿੱਚ ਅਸੀਂ ਬਹੁਤ ਬਾਹਰਲੀਆਂ ਗਲਤ ਚੀਜ਼ਾਂ ਖਾ ਲੈਂਦੇ ਹਾਂ ਜਿਸਦੇ ਕਰਕੇ ਅਸੀਂ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਸੋ ਅਗਰ ਪਿਆਜ਼ ਯਾਨੀ ਕਿ ਕੱਚੇ ਪਿਆਜ਼ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਉੱਥੇ ਇੱਕ ਵੱਡੀ ਸਮੱਸਿਆ ਸਾਹਮਣੇ ਆਉਂਦੀ ਹੈ ਸ਼ੂਗਰ ਦੀ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਉਹਨਾਂ ਨੂੰ ਆਪਣੀ ਖਾਣ ਪੀਣ ਦੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਅਤੇ ਅਗਰ ਉੱਥੇ ਗੱਲ ਕਰੀਏ ਪਿਆਜ਼ ਦੀ ਤਾਂ ਪਿਆਜ਼ ਉਹਨਾਂ ਦੇ ਲਈ ਬੇਹੱਦ ਲਾਭਕਾਰੀ ਆ ਅਗਰ ਉਹ ਪਿਆਜ਼ ਦਾ ਇਸਤੇਮਾਲ ਸਲਾਦ ਦੇ ਰੂਪ ਦੇ ਵਿੱਚ ਰੋਜ਼ਾਨਾ ਕਰਦੇ ਨੇ ਆਪਣੇ ਲਾਈਫ ਸਟਾਈਲ ਦੇ ਵਿੱਚ ਬਦਲਾਵ ਕਰਦੇ ਨੇ ਇਸ ਦੇ ਨਾਲ ਹੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਬਦਲਾਵ ਕਰਦੇ ਨੇ ਅਤੇ ਉਹ ਆਪਣੀ ਸ਼ੂਗਰ ਦੇ ਉੱਤੇ ਕੰਟਰੋਲ ਪਾ ਸਕਦੇ ਨੇ ਉਹਨਾਂ ਦਾ ਸ਼ੂਗਰ ਜੋ ਲੈਵਲ ਹੈ ਜੋ ਕਿ ਸ਼ੂਗਰ ਜਿਨ੍ਹਾਂ ਦੀ ਵਧੀ ਹੁੰਦੀ ਆ ਉਹ ਉਸ ਦੇ ਉੱਤੇ ਕੰਟਰੋਲ ਪਾ ਸਕਦੇ ਆ ਸ਼ੂਗਰ ਉਹਨਾਂ ਦੀ ਘੱਟ ਹੋ ਸਕਦੀ ਹੈ ਉੱਥੇ ਗਠੀਏ ਦੀ ਗੱਲ ਕਰੀਏ ਤਾਂ ਗਠੀਏ ਦੇ ਮਰੀਜ਼ਾਂ ਵਾਸਤੇ ਵੀ ਪਿਆਜ਼ ਬੇਹੱਦ ਲਾਭਕਾਰੀ ਹੈ ਅਗਰ ਪਿਆਜ਼ ਨੂੰ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਗੋਡਿਆਂ ਦੇ ਉੱਤੇ ਲਗਾਇਆ ਜਾਵੇ ਤਾਂ ਗਠੀਏ ਦੀ ਜੋ ਬਿਮਾਰੀ ਹੈ ਇਸ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ ਬਹੁਤ ਜ਼ਿਆਦਾ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ ਅਤੇ ਇਹ ਬਿਮਾਰੀ ਘੱਟ ਹੋ ਸਕਦੀ ਹੈ ਅਤੇ ਉੱਥੇ ਗੱਲ ਕਰੀਏ ਮੌਸਮ ਦੀ ਤਾਂ ਹੁਣ ਮੌਸਮ ਬਦਲਦਾ ਜਾ ਰਿਹਾ ਗਰਮੀਆਂ ਦਾ ਮੌਸਮ ਦਸਤਕ ਦੇ ਰਿਹਾ ਅਤੇ ਉੱਥੇ ਗਰਮੀਆਂ ਦੇ ਮੌਸਮ ਦੇ ਵਿੱਚ ਹੀਟ ਸਟ੍ਰੋਕ ਬਹੁਤ ਜ਼ਿਆਦਾ ਹੁੰਦਾ ਜੇ ਇਸ ਦੇ ਲਈ ਕਈ ਵਾਰੀ ਲੋਕਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ ਦਸਤ ਲੱਗ ਜਾਂਦੇ ਨੇ ਅਤੇ ਇਸ ਦੇ ਬਚਣ ਦੇ ਲਈ ਅਗਰ ਪਿਆਜ਼ ਦਾ ਰੋਜ਼ਾਨਾ ਇਸਤੇਮਾਲ ਕੀਤਾ ਜਾਵੇ ਤਾਂ ਹੀਟ ਸਟ੍ਰੋਕ ਤੋਂ ਵੀ ਬਚਿਆ ਜਾ ਸਕਦਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਨੇ ਦਿਓ ਇਜਾਜ਼ਤ ਤੇ ਜੁੜੇ ਰਹੋ ਨੈਕਸਟ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਅੱਜ ਅਸੀਂ ਗੱਲ ਕਰਾਂਗੇ ਪਿਆਜ਼ ਦੇ ਬਾਰੇ ਜੋ ਕਿ ਹਰ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹਰ ਸਬਜ਼ੀ ਦੇ ਵਿੱਚ ਹਰ ਮੌਸਮ ਦੇ ਵਿੱਚ ਇਸਦਾ ਇਸਤੇਮਾਲ ਹੁੰਦਾ ਪਰ ਪਿਆਜ਼ ਦੇ ਵਿੱਚ ਬੜੇ ਹੀ ਪੌਸ਼ਟਿਕ ਤੱਤਵ ਪਾਏ ਜਾਂਦੇ ਨੇ ਫੋਲਿਕ ਐਸਿਡ ਵਰਗੇ ਜੋ ਕਿ ਸਾਡੀ ਸਿਹਤ ਦੇ ਲਈ ਬੇਹੱਦ ਲਾਭਕਾਰੀ ਹੁੰਦੇ ਨੇ ਅਤੇ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਨਾਲ ਹੀ ਰੂਬਰੂ ਕਰਵਾਵਾਂਗੇ ਵੀ ਕੱਚੇ ਪਿਆਜ਼ ਖਾਣ ਦੇ ਕੀ ਫਾਇਦੇ ਹੁੰਦੇ ਨੇ ਅਤੇ ਸਿਹਤ ਦੇ ਉੱਤੇ ਇਸਦਾ ਕੀ ਅਸਰ ਪੈਂਦਾ ਹੈ ਸਭ ਤੋਂ ਪਹਿਲੇ ਗੱਲ ਕਰਾਂਗੇ ਅੱਖਾਂ ਦੀ ਰੋਸ਼ਨੀ ਦੀ ਅੱਜ ਕੱਲ੍ਹ ਵੱਡਿਆਂ ਦੀ ਤਾਂ ਗੱਲ ਦੂਰ ਦੀ ਆ ਬੱਚਿਆਂ ਨੂੰ ਵੀ ਐਨਕਾਂ ਲੱਗੀਆਂ ਹੁੰਦੀਆਂ ਨੇ ਛੋਟੇ ਛੋਟੇ ਬੱਚੇ ਵੀ ਨਜ਼ਰ ਉਹਨਾਂ ਦੀ ਕਮਜ਼ੋਰ ਹੁੰਦੀ ਆ ਅਤੇ ਅਗਰ ਉਹਨਾਂ ਦੇ ਵੱਲੋਂ ਕੱਚਾ ਪਿਆਜ਼ ਰੋਜ਼ ਖਾਇਆ ਜਾਵੇ ਤਾਂ ਉਹਨਾਂ ਦੀਆਂ ਐਨਕਾਂ ਜੋ ਆ ਉਤਰ ਸਕਦੀਆਂ ਨੇ ਉਹਦੀ ਗੱਲ ਕਰੀਏ ਬੀਪੀ ਦੀ ਯਾਨੀ ਕਿ ਬਲੱਡ ਪ੍ਰੈਸ਼ਰ ਦੀ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਨੂੰ ਵੀ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਬੀਪੀ ਜੋ ਆ ਕੰਟਰੋਲ ਦੇ ਵਿੱਚ ਆ ਸਕਦਾ ਹੈ ਜਿਹੜੇ ਲੋਕ ਪੱਥਰੀ ਦਾ ਸ਼ਿਕਾਰ ਨੇ ਅਗਰ ਉਹ ਪਿਆਜ਼ ਦਾ ਸਲਾਦ ਦੇ ਤੌਰ ਤੇ ਰੋਜ਼ਾਨਾ ਇਸਤੇਮਾਲ ਕਰਨ ਤਾਂ ਉਹ ਵੀ ਪੱਥਰੀ ਤੋਂ ਛੁਟਕਾਰਾ ਪਾ ਸਕਦੇ ਕਿਉਂਕਿ ਅੱਜ ਦੀ ਜਿਹੜੀ ਲਾਈਫ ਸਟਾਈਲ ਹੈ ਇਸਦੇ ਵਿੱਚ ਅਸੀਂ ਬਹੁਤ ਬਾਹਰਲੀਆਂ ਗਲਤ ਚੀਜ਼ਾਂ ਖਾ ਲੈਂਦੇ ਹਾਂ ਜਿਸਦੇ ਕਰਕੇ ਅਸੀਂ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਸੋ ਅਗਰ ਪਿਆਜ਼ ਯਾਨੀ ਕਿ ਕੱਚੇ ਪਿਆਜ਼ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਉੱਥੇ ਇੱਕ ਵੱਡੀ ਸਮੱਸਿਆ ਸਾਹਮਣੇ ਆਉਂਦੀ ਹੈ ਸ਼ੂਗਰ ਦੀ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਉਹਨਾਂ ਨੂੰ ਆਪਣੀ ਖਾਣ ਪੀਣ ਦੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਅਤੇ ਅਗਰ ਉੱਥੇ ਗੱਲ ਕਰੀਏ ਪਿਆਜ਼ ਦੀ ਤਾਂ ਪਿਆਜ਼ ਉਹਨਾਂ ਦੇ ਲਈ ਬੇਹੱਦ ਲਾਭਕਾਰੀ ਆ ਅਗਰ ਉਹ ਪਿਆਜ਼ ਦਾ ਇਸਤੇਮਾਲ ਸਲਾਦ ਦੇ ਰੂਪ ਦੇ ਵਿੱਚ ਰੋਜ਼ਾਨਾ ਕਰਦੇ ਨੇ ਆਪਣੇ ਲਾਈਫ ਸਟਾਈਲ ਦੇ ਵਿੱਚ ਬਦਲਾਵ ਕਰਦੇ ਨੇ ਇਸ ਦੇ ਨਾਲ ਹੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਬਦਲਾਵ ਕਰਦੇ ਨੇ
ते ओ अपनी शुगर दे उते कंट्रोल पा सकदे ना, उना दा शुगर जो लेवल है जो कि शुगर जिन्हां दी वधी हुंदी है ओ उस दे उते कंट्रोल पा सकदे है, शुगर उना दी घट हो सकदी है। ओथी गठिए दी गल करिए ते गठिए दे मरीजां वास्ते भी प्याज बेहद लाभकारी है। अगर प्याज नूं सरों दे तेल दे विच मिक्स करके गोड्यां दे उते लगाया जावे ता गठिए दी जो बीमारी है इस तों भी राहत पाई जा सकदी है, बहुत बहुत ज़्यादा इस तों राहत पाई जा सकदी है ते ए बीमारी घट हो सकदी है। ते ओथी गल करिए मौसम दी ता हुण मौसम बदलदा जा रहा है, गर्मियां दा मौसम दस्तक दे रहा है ते ओथी गर्मियां दे मौसम दे विच हीट स्ट्रोक बहुत ज़्यादा हुंदा है, जे इस दे लई कई वारी लोकां नूं लूज मोशन लग जांदे ने, दस्त लग जांदे ने ते इस दे बचण दे लई अगर प्याज दा रोज़ाना इस्तेमाल कीता जावे ता हीट स्ट्रोक तों भी बचा जा सकदा है। मैनू उम्मीद है तुहानू आज दी जानकारी पसंद आई होवेगी। इस दे नाल ही मैनू यानी कि सोनी ने दिओ इजाजत ते जुड़े रहो नेक्स्ट पंजाब दे नाल। सत श्री अकाल, तुसीं जुड़े हो नेक्स्ट पंजाब दे नाल, मैं सोनिया। अज असीं गल करांगे प्याज दे बारे जो कि हर घर दे विच इस्तेमाल कीता जांदा है, हर सब्जी दे विच हर मौसम दे विच इसदा इस्तेमाल हुंदा है, पर प्याज दे विच बड़े ही पौष्टिक तत्व पाए जांदे ने फोलिक एसिड वर्गे जो कि साडी सेहत दे लई बेहद लाभकारी हुंदे ने। ते अज असीं तुहानू इन्हां दे नाल ही रूबरू करवावांगे वी कच्चे प्याज खाण दे की फायदे हुंदे ने ते सेहत दे उत्ते इसदा की असर पैंदा है। सब तो पहले गल करांगे अखां दी रोशनी दी। अजकल वड्डियां दी ते गल दूर दी है, बच्चों नूं भी ऐनकां लगियां हुंदियां ना, छोटे छोटे बच्चे भी नज़र उन्हां दी कमज़ोर हुंदी है ते अगर उन्हां दे वल्लों कच्चा प्याज रोज़ खाया जावे तां उन्हां दियां ऐनकां जो है उतर सकदियां ने। ओथी गल करिए बीपी दी यानी कि ब्लड प्रेशर दी, जिन्हां दा बीपी हाई रहिंदा है उन्हां नूं भी प्याज दा सेवन करना चाहिदा है, इस दे नाल बीपी जो है कंट्रोल दे विच आ सकदा है। जिहड़े लोग पथरी दा शिकार ने अगर वो प्याज दा सलाद दे तौर ते रोजाना इस्तेमाल करन तां ओह वी पथरी तो छुटकारा पा सकदे, क्योंकि आज दी जिहड़ी लाइफस्टाइल है इस दे विच असीं बहुत बाहरलियां गलत चीज़ां खा लैंदे जिस दे करके असीं इन्हां बीमारियां दा शिकार हो जांदे आ। सो अगर प्याज यानी कि कच्चे प्याज दी वरतों कीती जावे तां इस बीमारी तों वी छुटकारा पाया जा सकदा है। उत्थे इक वड्डी समस्या सामने आंदी है शुगर दी। शुगर दे मरीजां दे लई बहुत सारियां चीज़ां दा ध्यान रखना पैंदा, उन्हां नूं अपनी खाण पीन दीआं चीज़ां दा बहुत ध्यान रखना पैंदा है। ते अगर उत्थी गल करिए प्याज दी तां प्याज उन्हां दे लई बेहद लाभकारी आ। अगर वो प्याज दा इस्तेमाल सलाद दे रूप दे विच रोज़ाना करदे ने, अपने लाइफ स्टाइल दे विच बदलाव करदे ने, इस दे नाल ही खाण पीन दीआं चीज़ां दे विच बदलाव करदे ने ते ओह अपनी शुगर दे उत्ते कंट्रोल पा सकदे ने, उन्हां दा शुगर जो लैवल है जो कि शुगर जिन्हां दी वधी हुंदी आ ओह उस दे उत्ते कंट्रोल पा सकदे आ, शुगर उन्हां घट हो सकती है। ओथी गठिए दी गल करिए ते गठिए दे मरीजां वास्ते भी प्याज बेहद लाभकारी है। अगर प्याज नूं सरों दे तेल दे विच मिक्स करके गोड्यां दे उत्ते लगाया जावे तां गठिए दी जो बीमारी है इस तों भी राहत पाई जा सकदी है, बहुत बहुत ज़्यादा इस तों राहत पाई जा सकदी है ते ए बीमारी घट हो सकदी है। ते ओथी गल करिए मौसम दी तां हुण मौसम बदलदा जा रहा है, गर्मियां दा मौसम दस्तक दे रहा है ते ओथी गर्मियां दे मौसम दे विच हीट स्ट्रोक बहुत ज़्यादा हुंदा है, जे इस दे लई कई वारी लोकां नूं लूज मोशन लग जांदे ने, दस्त लग जांदे ने, ते इस दे बचण दे लई अगर प्याज दा रोज़ाना इस्तेमाल कीता जावे तां हीट स्ट्रोक तों भी बचा जा सकदा है। मैनूं उम्मीद है तुहानूं आज दी जानकारी पसंद आई होवेगी। इस दे नाल ही मैनूं यानी कि सोनी ने दिओ इजाजत ते जुड़े रहो नेक्स्ट पंजाब दे नाल।